अस्सलामु अलैकुम वालेकुम सलाम सना रात कैसी गुजरी <laughs> मेरा कोई ब्याह हो के पहली रात थी कैसी गुजरी बड़े मुँह तेरा आ भी बोले रात कैसी गुजरी <laughs> क्या क्वेश्चन <question> है <laughs> कैसी गुजरी सो के गुजरी <laughs> थोड़ी <थाटिक> फैन <laughs> ਅੱਜ ਮੈਨੂੰ ਇੱਕ ਗੱਲ ਦੱਸ ਤੇਰੀ ਗੱਲ ਤੋਂ ਇੱਕ ਗੱਲ ਦਾ ਮੈਨੂੰ ਪਤਾ ਲੱਗਿਆ ਹੈ ਅੱਛਾ ਤੋ ਮਲਕ ਸਾਹਿਬ ਵੈਲਕਮ ਵੈਲਕਮ ਮਲਕ ਮੇਰੀ ਜਾਨ ਤੂੰ ਹਣ ਕਿਹਾ ਨਾ ਮੈਦਰ ਕੋ ਪੁੱਛਿਆ ਵੀ ਰਾਤ ਕਿਵੇਂ ਗੁਜ਼ਰੀ ਤੂੰ ਮੈਨੂੰ ਅੱਗੋਂ ਇਹ ਗੱਲ ਕੀਤੀ ਵੀ ਮੇਰੀ ਕਿਹੜਾ ਸ਼ਾਦੀ ਹੋਈ ਠੀਕ ਹੈ ਯਾਨੀ ਤੇਰੇ ਕਹਿਣ ਦਾ ਮਤਲਬ ਹੈ ਵੀ ਤੇਰੇ ਕੋਲ ਉਦੋਂ ਹੀ ਮੈਂ ਟਿਕਟੋਕ ਤੇ ਨਹੀਂ ਨਹੀਂ ਤੇਰੀ ਸ਼ਾਦੀ ਹੋ ਵੀ ਮੇਰੀ ਗੱਲ ਸੁਣ ਤੈਨੂੰ ਪੈ ਗਈ ਹੈ ਚਸ ਠੀਕ ਹੈ ਤੇਰੀ ਸ਼ਾਦੀ ਹੋ ਵੀ ਗਈ ਤੈਨੂੰ ਅੱਧੀ ਰਾਤ ਵੀ ਚਸਾਂ ਪਹਿਨੀਆਂ ਨੇ ਮੈਂ ਕਦੀ ਲਾਈਵ ਆ ਜਾਣਾ ਤੂੰ ਉਹਦੇ ਤਰਲੇ ਕਰਦੇ ਨੇ ਤੂੰ ਉਹਦੇ ਤਰਲੇ ਕਰਦੇ ਨੇ ਹਾਂਜੀ ਮੇਂ ਜਿਆਜ਼ਤ ਦੇ ਦਿਓ ਪਲੀਜ਼ ਮੈਂ ਲਾਈਵ ਆ ਸਕਦੀ ਹਾਂ ਹਾਂਜੀ ਹਾਂਜੀ ਕਿਹ ਰਹੁਣਾ ਹਾਂਜੀ ਨਹੀਂ ਨਹੀਂ ਹਾਂਜੀ ਹਾਂਜੀ ਮੇਂ ਜਿਆਜ਼ਤ ਦੋ ਹਾਂਜੀ ਆਏ ਅੱਜ 2024 ਚੜੰਦੇ ਇੰਨੀ ਰਿਸਪੈਕਟ ਕੌਣ ਕਰਦਾ ਯਾਰ ਹਾਂਜੀ ਸੁਣੀਏ ਜੀ ਇਸਕੇ ਪਾਪਾ ਉਸਕੇ ਪਾਪਾ ਅੱਜਕੱਲ ਰਿਸਪੈਕਟ ਨਹੀਂ ਕਰਦਾ ਯਾਨੀ ਯਾਨੀ ਇਹਦਾ ਮਤਲਬ ਹੈ ਅਗਰ ਤੇਰੀ ਸ਼ਾਦੀ ਹੋ ਗਈ ਜਿਹੜੇ ਬੰਦੇ ਨਾਲ ਤੇਰੀ ਸ਼ਾਦੀ ਹੋਈ ਯਾਨੀ ਇਹਦਾ ਮਤਲਬ ਹੈ ਅਸੀਂ ਉਮੀਦ ਨਾ ਰੱਖੀਏ ਵੀ ਤੂੰ ਉਹਦੇ ਨਾਲ ਕੋਈ ਅੱਛਾ ਬਿਹੇਵ ਕਰੇਗੀ ਨਹੀਂ ਨਹੀਂ ਬਿਹੇਵ ਅੱਛਾ ਹੋਊਗਾ ਲੇਕਿਨ ਸੁਣੀਏ ਜੀ ਹਾਂਜੀ ਐਸੇ ਨਹੀਂ ਨਾ ਤਮੀਜ਼ ਹੋਏਗੀ ਰਿਸਪੈਕਟ ਹੋਏਗੀ ਲੇਕਿਨ ਭਾਈ ਜੀ ਮੇਰੀ ਗੱਲ ਸੁਣੋ ਕੁੜੀਆਂ ਵੀ ਕੁੜੀਆਂ ਵੀ ਬਰੋਡ ਦੇ ਉੱਤੇ ਕਰਦੀਆਂ ਨੇ ਮੇਕਅਪ ਸਾਡਾ ਵੀ ਅੱਖ ਬਣਦਾ ਉਸਤਾਜੀ ਕੀ ਲਾਂਦੇ ਆ ਫਾਈਖਾ ਸਿੱਧਾ ਬੋਲਾ ਓਏ ਮੇਰੇ ਲਾਈਫ ਕਿਉਂ ਦੀ ਇਸੇ ਕਹਤੇ ਹੈ ਲੋਸ਼ਨ ਆਵਾਹ ਇਹ ਜੋ ਮੈਂ ਲਗਾ ਰਿਹਾ ਹਾਂ ਔਰ ਇਸੇ ਕੀ ਆਣਾ ਮੇਰੀ ਗੱਲ ਸੁਣ ਵੈਸੇ ਇੱਕ ਗੱਲ ਦੱਸਾਂ ਮੇਰੀ ਗੱਲ ਸੁਣ ਪਹਿਲੀ ਇਹ ਸ਼ੁਰੂਆਤ ਦੀ ਵੀਡੀਓ ਵੇਖੋ ਨਾ ਤੇ ਹੁਣ ਦੇਖੋ ਤੇ ਥੋੜਾ ਰੰਗ ਚ ਫਰਕ ਆ ਗਿਆ ਮੇਰੇ ਨਾ ਨਹੀਂ ਉਦੋਂ ਉਦੋਂ ਦਰਸਲ ਗੱਲ ਇਹ ਸੀ ਕਿ ਤੈਨੂੰ ਮੈਂ ਸਿੱਧੀ ਗੱਲ ਦੱਸਣਾ ਵਾ ਭਾਈ ਗੱਲ ਸਿੱਧੀ ਦੱਸਣੀ ਚਾਹੀਦੀ ਲੋਕਾਂ ਨੂੰ ਮੈਂ ਕਾਲਾ ਅਜੇ ਤੱਕ ਆਪਣੀ ਹੁਕਮਤ ਤੋਂ ਬਾਹਰ ਨਹੀਂ ਹੋਇਆ ਪਹਿਲੀ ਗੱਲ ਇਹ ਵੇ ਜ਼ਿੰਦਗੀ ਦੇ ਵਿੱਚ ਇਨਸਾਨ ਉਦੋਂ ਮਾਰ ਖਾਂਦਾ ਕੋਈ ਵੀ ਬੰਦਾ ਜਿਸ ਟਾਈਮ ਆਪਣੀ ਹੁਕਮਤ ਤੋਂ ਬਾਹਰ ਹੁੰਦਾ ਠੀਕ ਹੈ ਇਦਾਂ ਹੀ ਆ ਮੇਰੇ ਕੋਲੇ ਮੋਬਾਈਲ ਸੀ ਜਿਹੜਾ ਐਂਡਰੌਇਡ ਮੋਬਾਈਲ ਹਾਂ ਠੀਕ ਹੈ ਜਸਟ ਹਮ ਇੱਥੇ ਟਿਕਟੌਕ ਤੇ ਬਹਿਣ ਲੱਗਾ ਫਿਰ ਮੈਨੂੰ ਟਿਕਟੌਕ ਤੋਂ ਅਰਨਿੰਗ ਹੋਣ ਲੱਗੀ ਫਿਰ ਮੈਂ ਲਿਆ ਮੋਬਾਈਲ ਆਈਫੋਨ ਸਿੱਧੀ ਗੱਲ ਹੈ ਭਾਈ ਸੇਮ ਹਾਂ ਆਈਫੋਨ ਮੋਬਾਈਲ ਜਸਟ ਐ ਮੈਂ ਲਿਆ ਨਾ ਤੇ ਉਸ ਤੋਂ ਬਾਅਦ ਫਿਰ ਆਇਆ ਆਈਫੋਨ ਦਾ ਥੋੜਾ ਜਿਹਾ ਕੋ ਕਮਾਲ ਖਮੂਲ ਹੈ ਨਹੀਂ ਤਾਂ ਕਾਲਾ ਰੀਅਲ ਲਾਈਫ ਚ ਹਲੇ ਵੀ ਹੋਈ ਹੈ ਮੈਂ ਦੇਖਿਆ ਮੈਨੂੰ ਕਿਉਂ ਦੱਸਣ ਦੇ ਤੂੰ ਮੈਨੂੰ ਵੇਖਿਆ ਨਹੀਂ ਗਾ ਪਿੰਡੂ ਦੀ ਇਵੈਂਟ ਤੇ ਆ ਯਾਰ ਸੇਮ ਇਦਾਂ ਯਾਰ ਮੇਰੇ ਨਾਲ ਮੇਰਾ ਮੇਰੇ ਸੋਹਣੇ ਨੇ ਐਡੀ ਕਿਹੜੀ ਗੱਲ ਚੱਲੇ ਐ ਮੇਰੀ ਨਕਲ ਕੀਤੀ ਇਹਨੇ ਐ ਮੁੰਦਰੀ ਮੈਂ ਪਾਈ ਸੀ ਆ ਮੇਰੇ ਨਾਲ ਵੇਖਦੀ ਏ ਕਾਲੇ ਦੀ ਮੁੰਦਰੀ ਇਹ ਸੋਹਣੀ ਜਿਹੀ ਦਿੱਖਾ ਵੀ ਏ ਐਨੇ ਵੀ ਮੁੰਦਰੀ ਪਾ ਲਈ ਅਰੇ ਨਹੀਂ ਏ ధਨੀਆ ਮੈਂ ਸੋਚਿਆ ਨਹੀਂ ਸੀ ਮੇਰੀਆਂ ਕਾਪੀਆਂ ਕਰੋਗੀ ਤੁਸੀਂ ਅਰੇ ਚਲੇ ਮੈਂ ਕਾਪੀ ਨਹੀਂ ਕਰਨੇ ਤੇਨੂੰ ਕੁੜੀਆਂ ਨੇ ਜਿਨ੍ਹਾਂ ਨੇ ਮੇਰੀ ਇਹ ਅੰਗੂਠੀ ਵੇਖ ਕੇ ਅੰਗੂਠੀ ਪਾਈ ਏ ਮੈਂ ਨਾਲ ਨਹੀਂ ਲੈਣਾ ਚਾਹੁੰਦਾ ਇੱਕ ਤੋਂ ਮੈਂ ਇੱਕ ਹੋਰੇ ਮੇਰੇ ਨਾਲ ਹੀ ਖੇਡਦੀਆਂ ਨੇ ਉਹ ਠੀਕ ਏ ਹਾਂਜੀ ਆਹ ਯਾ ਤੇਰੀ ਅੰਗੂਠੀ ਤੇ ਮੇਰੀ ਜੀ ਕਿੰਨਾ ਡਿਫਰੈਂਟ ਹੈ ਅੰਗੂਠੀ ਤਾਂ ਹੈ ਨਾ ਮੈਡਮ ਉਂਗਲੇ ਤੇ ਅੰਗੂਠੀ ਦੋਸੇ ਉਂਗਲ ਜੀ ਹੈ ਨਾ ਉਂਗਲ ਅੰਗੂਠੀ ਤਾਂ ਹੈ ਹੀ ਨਾ ਉਂਗਲ ਮੇਰੀ ਇਸ ਮੇਰੀ ਇਸ ਉਂਗਲ ਉਂਗਲੀ ਮੇਂ ਤੇ ਤੁਹਾਡੀ ਇਸ ਉਂਗਲੀ ਮੇਂ ਅੱਛਾ ਇਧਰ ਹੂੰ ਅੰਗੂਠੀ ਲਾਈ ਆਪਣੀ ਯਾਰ ਇਹ ਉੱਤਰਤੇ ਨਹੀਂ ਇੱਕ ਮਿੰਟ ਇਹ ਲੈਣੀ ਵੀ ਨਹੀਂ ਗਈ ਤੂੰ ਲਾ ਹੀ ਨਹੀਂ ਸਕਦੀ ਮੈਨੂੰ ਪਤਾ ਹੈ ਤੇਰੇ ਵਿੱਚ ਇਹਨਾਂ ਦਮ ਹੀ ਨਹੀਂ ਹੈ ਆਏ ਚੱਲੇ ਇੱਕ ਮਿੰਟ लालीयो सबर कर दिन में क्या नहीं है, <laughs> है। मिसेरा चाय ले आ दे यारे यार एक फेको दे सामने चाय पीये न जरा नहीं ना लेनी दे है इनको मैंने पता है इन्हें जोगी नहीं उस्ताद जी ओए लाली अच्छा एक मिनट एनु दोबारा पा यार की होगी या दोबारा पाना हेलो दोबारा पाए नो इधर दोबारा इधर मेरे वेले देख ਦੁਬਾਰਾ ਪਾ ਲਓ ਓਏ ਡਫਰ ਓਏ ਇਸ ਉਂਗਲੀ ਚ ਹੁੰਦੀ ਐ ਇੰਨੀ ਅਕਲ ਹੈ ਤੇਰੇ ਚ ਕਿੰਨਾ ਪਤਾ ਨਹੀਂ ਓ ਤੈਨੂੰ ਕੱਲ ਮੰਨੋ ਨਾ ਮੰਨੋ ਕਾਲੇ ਨੇ ਫੈਕਾ ਨੂੰ ਅੰਗੂਠੀ ਪਾ ਦਿੱਤੀ ਜੇ ਹਾਂਜੀ ਇਹ ਮੰਨ ਜੋ ਸਾਰੇ ਬੰਦੇ ਆ ਆਏ ਓਏ ਇਸ ਉਂਗਲੀ ਚ ਹੁੰਦੀ ਐ ਤੁਸੀਂ ਸਾਡਾ ਸਟਾਈਲ ਚੈੱਕ ਕਰਨ ਅੰਗੂਠੀ ਲਵਾ ਕੇ ਦੁਬਾਰਾ ਅੰਗੂਠੀ ਪਵਾਉਣ ਦਾ ਤਰੀਕੇ ਚੈੱਕ ਕਰ ਕੜੇ ਦੇ ਵਾਹ ਓ ਮਾਈ ਗੋਡ ਫੈਕਾ ਆਈ ਤੋਂ ਬਾਅਦ ਸਾਡੀ ਪੱਕੀ ਪੱਕੀ ਆਹੋ ਨਾਉ ਉਂਗਲੀ ਨਾਉ ਬੰਦਾ ਆਪਣੇ ਹੱਥ ਨਹੀਂ ਲਾਈ ਤੇ ਆਪਣੇ ਹੱਥ ਨਹੀਂ ਪਾਈ ਫੱਦ ਹੋ ਗਈ ਏ ਯਾਰ ਐ ਸਮਝ ਨਾ ਆਇਆ ਵੇਖ ਇਧਰ ਇਧਰ ਵੇਖ ਐ ਅੰਗੂਠੀ ਤੇਰੀ ਠੀਕ ਹੈ ਤੂੰ ਮੈਨੂੰ ਦਿੱਤੀ ਐ ਮੈਂ ਪਾ ਲਈ ਉਧਰ ਤੇਰੀ ਪੈ ਗਈ ਇਧਰ ਮੇਰੀ ਪੈ ਗਈ ਗੱਲ ਖਤਮ ਅਰੇ ਸੁਂਗਲੀ ਚ ਅੰਗੂਠੀ ਹੁੰਦੀ ਆ ਓ ਜੱਟ ਬੰਦਿਆਂ ਦੇ ਘਰੇ ਐਵੇਂ ਦੇ ਹੀ ਹੁੰਦੇ ਨੇ ਜੱਟਾਂ ਬੰਦਿਆਂ ਦੇ ਇੰਜ ਦੀ ਸਾਬਕਿਤਾਬ ਹੁੰਦੇ ਨੇ ਬਸ ਖਲਾਸ ਮਤਲਬ ਪੁੱਠੀ ਉਂਗਲੀ ਚ ਅੰਗੂਠੀ ਪਾ ਦਿਤੀ ਨਹੀਂ ਨਹੀਂ ਪੁੱਠੀ ਉਂਗਲੀ ਚ ਨਹੀਂ ਐ ਉਹ ਤੇਰੀ ਮਰਜ਼ੀ ਐ ਤੂੰ ਪੁੱਠੀ ਪਾਏ ਸਿੱਧੀ ਪਾਏ ਯਾਰ ਮੈਂ ਐਚ ਪਾੰਦੀ ਤੇ ਉਤੋਂ 골ਦੀ ਰਿੰਗ ਆਦਾ ਇਹ ਅਗਰ ਐਚ ਪਾੰਦੀ ਤੇ ਇਹਨਾਂ ਨੇ ਸਾਰਿਆਂ ਨੇ ਕਹਿਣਾ ਸੀ ਫਾਇਕਾ ਦੀ ਹੋਊਗੀ ਮੰਗਣੀ ਤੇ ਮੈਂ ਇਸ ਲਈ ਐਚ ਚ ਪਾਈ ਹੋਈ ਆ ਤੇ ਤੂੰ ਐਸੇ ਵੀ ਪਾਵੇਂ ਤੇ ਤੈਨੂੰ ਕਿਹੜੇ ਟੈਨਸ਼ਨ ਨੇ ਬੰਦਿਆਂ ਨੇ ਤੇ ਸਮਝਣ ਵਾਲੇ ਨੇ ਸਮਝ ਹੀ ਜਾਣਾ ਉਹ ਕਿਹੜੀ ਗੱਲ ਸੀ ਹੱਥ ਨਹੀਂ ਆ ਇਸ ਚ ਤਾਂ ਪਾਗਲ ਨੂੰ ਵੀ ਪਤਾ ਕਿ ਅੰਗੇਜਮੈਂਟ ਦੀ ਰਿੰਗ ਇਸ ਚ ਨਹੀਂ ਪਾਈ ਦੀ ਇਸ ਚ ਪਾਈ ਦੀ ਉਹ ਫਿਰ ਤੂੰ ਮੈਨੂੰ ਦੱਸਿਆ ਹੀ ਨਹੀਂ ਮੈਂ ਕੀ ਕਰਾਂ ਦੱਸਣ ਨਹੀਂ ਆਂ ਨਾ ਹੁਣੀ ਤੇ ਹੁਣੀ ਦੱਸਣ ਦੇਈਆਂ ਤੈਨੂੰ ਇਹਨਾਂ ਨਹੀਂ ਪਤਾ ਏਡਾ ਵੱਡਾ ਹੋ ਗਿਆ ਏਡੇ ਵੱਡੇ ਤੇ ਕੀ ਮਰਦ ਵੱਡੇ ਨਾਲ ਕੀ ਵੱਡਾ ਬੰਦਾ ਹੋ ਜਾਵੇ ਤੈਨੂੰ ਦੁਨੀਆਦਾਰੀ ਦੀ ਸਾਰਾ ਪਤਾ ਲੱਗ ਜਾਂਦਾ ਯੈਸ ਇਹ ਇੱਜਾ ਅੱਛਾ ਕੋਤ ਕੀ ਮਾਰਿਆ ਯਾਰ